ਤੇ ਜਿਵਣੀ ਚੋਂ ਆਉਂਦੀਆਂ ਸਰਗਰਮੀਆਂ ਹੁਣ ਤਾਂ ਤੇਜ਼ ਹੋ ਗਈਆਂ ਜੀ। ਬਿਲਕੁਲ ਤੇਜ਼ ਹੋ ਗਈਆਂ ਜੀ, ਬਹੁਤ ਤੇਜ਼ ਹੋ ਗਈਆਂ। ਹੁਣ ਤਾਂ ਉਹ ਵੀ ਰਾਜਨੀਤਿਕ ਪਾਰਟੀਆਂ ਜਿਨ੍ਹਾਂ ਨੂੰ ਅਜੇ ਤੱਕ ਉਮੀਦਵਾਰ ਨਹੀਂ ਲੱਭਦਾ ਪਿਆ ਸੀਗਾ, ਅੱਜ ਉਹਨਾਂ ਨੇ ਵੀ ਐਲਾਨ ਕਰ ਦਿੱਤਾ। ਸ਼੍ਰੋਮਣੀ ਅਕਾਲੀ ਦਲ ਨੇ ਬਸਪਾ ਨਾਲ ਮਿਲ ਕੇ ਸਾਂਝਾ ਉਮੀਦਵਾਰ ਲੱਭਿਆ, ਚੁਣਿਆ, ਉਹਨਾਂ ਨੂੰ ਉਮੀਦਵਾਰ ਐਲਾਨਿਆ। ਬੰਗੇ ਵਾਲੇ ਪਾਸਿਓਂ ਡਾਕਟਰ ਸੁਖਵਿੰਦਰ ਕੁਮਾਰ ਸੁੱਖੀ ਹੋਰਾਂ ਨੂੰ ਉਹਨਾਂ ਨੇ ਉਮੀਦਵਾਰ ਐਲਾਨ ਦਿੱਤਾ। ਹੁਣ ਵੱਡੀ ਗੱਲ ਸੁਖਨੈਬ ਜੀ ਇੱਥੇ ਇਹ ਹੈ ਕਿ ਜਲੰਧਰ ਵਾਲੇ ਪਾਸਿਓਂ ਕਈ ਨਾਵਾਂ ਦੀ ਪਹਿਲਾਂ ਚਰਚਾ ਚੱਲੀ, ਹੁਣ ਉਹਨਾਂ ਨਾਵਾਂ ਦੇ ਵਿਚ ਸਭ ਤੋਂ ਪਹਿਲਾਂ ਜੇਕਰ ਨਾਮ ਸੀ ਤਾਂ ਉਹ ਸਰਵਣ ਸਿੰਘ ਫਲੌਰ ਹੋਣਾ ਦਾ ਪਿਆ ਸੀ, ਪਰ ਚਰਚਾ ਚੱਲਦੀ ਪਈ ਹੈ ਕਿ ਅੰਦਰ ਖਾਤੇ ਮਨਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਸੀਗੀਆਂ, ਪਰ ਉਹਨਾਂ ਦੀ ਗੱਲ ਨਹੀਂ ਬਣੀ। ਇਸ ਕਰਕੇ ਉਹਨਾਂ ਨੂੰ ਚੋਣ ਮੈਦਾਨ ਦੇ ਵਿਚ ਉਤਾਰਨ ਤੋਂ ਇਨ੍ਹਾਂ ਨੇ ਰੋਕ ਦਿੱਤਾ। ਦੂਸਰੇ ਪਾਸੇ ਫਿਰ ਇਕ ਚਰਚਾ ਚੱਲੀ ਕਿ ਇੱਥੇ ਤਾਂ ਭਾਈ ਜੇਕਰ ਸੀਟ ਮਿਲਣੀ ਆ ਉਹ ਤੁਸੀਂ ਦੇਖਿਓ ਪਵਨ ਟੀਨੂ ਹੁਣਾਂ ਨੂੰ ਇਹ ਸੀਟ ਦੇ ਦੇਣੀ ਆ। ਸਾਰੇ ਪਾਸੇ ਰੌਲਾ ਚੱਲਿਆ। ਹੁਣ ਕੋਈ ਕਹਿੰਦਾ ਪਿਆ ਜੀ ਉਹਨਾਂ ਨੇ ਆਪ ਮਨਾ ਕਰ ਦਿੱਤਾ, ਕੁਛ ਅਖਬਾਰਾਂ ਲਿਖਦੀਆਂ ਪਈਆਂ ਕਿ ਪਵਨ ਟੀਨੂ ਇੱਥੇ ਬਾਕੀ ਨਾ ਹੋ ਜੇ, ਕੁਛ ਲਿਖਦੇ ਪਏ ਕਿ ਪਵਨ ਟੀਨੂ ਨੂੰ ਬਹੁਤ ਵੱਡਾ ਝਟਕਾ ਦਿੱਤਾ। ਜਦੋਂ ਪਵਨ ਟੀਨੂ ਹੁਣੀ ਪ੍ਰੈਸ ਕਾਨਫਰੰਸ ਦੇ ਵਿਚ ਪਰਸੋਂ ਪਹੁੰਚੇ ਸੀਗੇ ਤਾਂ ਆਪ ਪੱਤਰਕਾਰਾਂ ਨੂੰ ਹਾਸੇ ਮਜ਼ਾਕ ਦੇ ਵਿਚ ਕਰਕੇ ਗਏ ਸੀ ਅੱਜ ਕੋਈ ਉਮੀਦਵਾਰ ਨਹੀਂ ਐਲਾਨਣਾ, ਜੇਕਰ ਕੱਲ ਨੂੰ ਐਲਾਨ ਦਿੱਤਾ ਦੇਖਦੇ ਕੌਣ ਹੋਵੇਗਾ, ਕਿ ਪੱਤਰਕਾਰ ਨੇ ਪੁੱਛੋ ਤੁਹਾਡਾ ਕੀ ਬਣਦਾ, ਕਹਿੰਦਾ ਆਪਾਂ ਨੀ ਸਿਰੇ ਪਿੱਛੇ। ਹੁਣ ਜੇਕਰ ਟੀਨੂ ਸਾਹਿਬ ਨੇ ਗੱਲ ਪਹਿਲਾਂ ਹੀ ਕਹਿਤੀ ਸੀ ਇਹਦਾ ਮਤਲਬ ਹੈ ਕਿ ਅਕਾਲੀ ਦਲ ਇਹ ਲੱਭਦਾ ਪਿਆ ਸੀ ਕਿ ਕਿਹਨੂੰ ਉਮੀਦਵਾਰ ਐਲਾਨਿਆ ਜਾਵੇ। ਫਿਰ ਗੱਲ ਆ ਕੇ ਟਿੱਕੀ, ਹੋ ਸਕਦਾ ਬਸਪਾ ਦੇ ਤ੍ਰਿਪੁਰੀ ਸਾਹਿਬ ਜਿਹੜੇ ਯੂਪੀ ਤੋਂ ਪਾਰਲੀਮੈਂਟ ਮੈਂਬਰ ਵੀ ਰਾਜ ਸਭਾ ਦੇ ਰਹੇ ਆ, ਜਿਹੜੇ ਵਿਧਾਇਕ ਵੀ ਰਹੇ ਆ, ਜਿਹੜੇ ਬਸਪਾ ਦੇ ਵਿਚ ਪੰਜਾਬ ਦੇ ਇੰਚਾਰਜ ਵੀ ਰਹੇ ਆ, ਉਹਨਾਂ ਨੂੰ ਵੀ ਫਿਰ ਲਿਆਉਂਦੇ ਲਿਆਉਂਦੇ ਖੜੇ ਕਰਦੇ ਕਰਦੇ ਟਿਕਟ ਦਿੰਦੇ ਦਿੰਦੇ ਕੰਮ ਰੋਕ ਦਿੱਤਾ। ਫਿਰ ਸੂਈ ਆ ਕੇ ਟੇਕੀ ਜਸਵੀਰ ਸਿੰਘ ਗੜੀ ਹੁਣਾਂ ਤੇ। ਗੜੀ ਸਾਹਿਬ ਨੇ ਇਨਕਾਰ ਕੀਤਾ ਜਾਂ ਉਹਨਾਂ ਨੂੰ ਬਣਾਇਆ ਨਹੀਂ ਗਿਆ ਇਹ ਪਤਾ ਨਹੀਂ, ਪਰ ਗੜੀ ਸਾਹਿਬ ਦਾ ਤਾਂ ਮੈਂ ਕਈ ਦਿਨ ਤੋਂ ਜ਼ਿਕਰ ਕਰਦਾ ਪਿਆ, 2 ਮਹੀਨੇ ਤੋਂ ਪਹਿਲਾਂ, ਕਿ ਜਿਸ ਹਿਸਾਬ ਨੇ ਉਹਨਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਲੈ ਕੇ ਗੱਲਾਂ ਕਹੀਆਂ ਸੀਗੀਆਂ, ਲੱਗਦਾ ਨਹੀਂ ਕਿ ਟਿਕਟ ਉਹਨਾਂ ਨੂੰ ਦੇਣਗੇ। ਮੈਨੂੰ ਤਾਂ ਇਹ ਵੀ ਨਹੀਂ ਲੱਗਦਾ ਪਿਆ ਸੀ ਕਿ ਇੱਕ ਮੰਚ ਤੇ ਹੀ ਇਕੱਠੇ ਹੋਣਗੇ। ਚਲੋ ਰਾਜਨੀਤੀ ਆ ਭਾਈ ਕੋਈ ਕੁਛ ਸੁਰਿੰਦਰ ਕੁਰਸੀ ਕਰਕੇ, ਪਰ ਇਹ ਉਹੀ ਜਸਵੀਰ ਸਿੰਘ ਗੜੀ ਨੇ ਜਦੋਂ ਸੁਖਬੀਰ ਸਿੰਘ ਬਾਦਲ ਜਲੰਧਰ ਵਿਚ ਬਸਪਾ ਦੇ ਦਫ਼ਤਰ ਪਹੁੰਚਦੇ ਨੇ ਉਥੇ ਸੰਬੋਧਨ ਕਰਦੇ ਦੌਰਾਨ ਆਪਣੇ ਹੀ ਜਿਹੜੇ ਮੌਜੂਦਾ ਵਿਧਾਇਕ ਹੈ ਨਵੇਂ ਸ਼ਹਿਰ ਦੇ ਬੰਗਿਆਂ ਤੋਂ ਸੁਖਵਿੰਦਰ ਕੁਮਾਰ ਸੁੱਖੀ ਡਾਕਟਰ ਨੇ ਇਹ ਇਹਨਾਂ ਨੂੰ ਕਹਿ ਤਾ ਕਿ ਸਾਬਕਾ ਵਿਧਾਇਕ ਨੇ, ਹਾਸਾ ਪੈ ਗਿਆ ਉੱਥੇ, ਕਹਿੰਦੇ ਦੇਖ ਤਾਂ ਲਓ ਕਿ ਕੌਣ ਮੌਜੂਦਾ ਕੌਣ ਸਾਬਕਾ। ਖੈਰ ਉਹਨਾਂ ਨੇ ਤਾਂ ਸਾਬਕਾ ਪਹਿਲੇ ਬਣਾਤਾ ਸੀਗਾ, ਪਰ ਹੁਣ ਇਹਨਾਂ ਨੂੰ ਟਿਕਟ ਦੇ ਦਿੱਤੀ ਗਈ ਹੈ ਡਾਕਟਰ ਸੁਖਵਿੰਦਰ ਕੁਮਾਰ ਸੁੱਖੀ ਹੋਰਾਂ ਨੂੰ। ਮੰਨਿਆ ਤਾਂ ਇਹ ਜਾਂਦਾ ਕਿ ਜਿਹੜੀਆਂ 3 ਜਿੱਤਾਂ ਹੋਈਆਂ ਸੀ ਉਹਨਾਂ ਦੇ ਵਿਚੋਂ 1 ਯੋਗਦਾਨ ਇਹਨਾਂ ਨੇ ਵੀ ਪਾਇਆ, ਪਰ ਇਹ ਆਉਣ ਵਾਲਾ ਸਮਾਂ ਦੱਸੇਗਾ ਕਿ ਜਲੰਧਰ ਦੇ ਵਿਚ ਜਿਹੜੀ ਜ਼ਿਮਨੀ ਚੋਣ ਹੋ ਰਹੀ ਹੈ, ਕਿਉਂਕਿ ਕਈ ਰਾਜਨੀਤਿਕ ਪਾਰਟੀਆਂ ਦਾ ਵਕਾਰ ਦਾ ਤੇ ਲੱਗਿਆ ਹੋਇਆ ਇੱਥੇ। ਹੁਣ ਜਦੋਂ ਕੱਲ ਆਮ ਆਦਮੀ ਪਾਰਟੀ ਨੇ ਚੌਧਰੀ ਪਰਿਵਾਰ ਦੇ ਵਿਚ ਸੰਨ ਲਈ ਸੀ, ਅਸੀਂ ਉਦੋਂ ਵੀ ਜ਼ਿਕਰ ਕੀਤਾ ਸੀ ਕਿ ਆਜ਼ਾਦੀ ਤੋਂ ਪਹਿਲਾਂ ਤੋਂ ਜੋ ਪੰਜਾਬ ਦੀ ਸਿਆਸਤ ਵਿਚ ਦਬਦਬਾ ਰੱਖਣ ਵਾਲੇ ਚੌਧਰੀ ਪਰਿਵਾਰ ਨੂੰ ਝਟਕਾ ਦੇ ਸਕਦੇ ਹੈ, ਆਉਂਦੇ ਸਮੇਂ ਚ ਕੁਛ ਵੀ ਹੋ ਸਕਦਾ। ਹੁਣ ਕਰਤਾਰਪੁਰ ਵਾਲੀ ਸੀਟ ਦੀ ਜੇਕਰ ਗੱਲ ਕਰੀਏ, 70 ਸਾਲਾਂ ਤੋਂ ਸੁਨੈਬ ਜੀ ਉਹਦੀ ਨੁਮਾਇੰਦਗੀ ਚੌਧਰੀ ਪਰਿਵਾਰ ਕਰ ਰਿਹਾ ਪਿਛਲੇ 70 ਸਾਲਾਂ ਤੋਂ। ਕਿਉਂ? ਕਿਉਂਕਿ ਉੱਥੇ ਪਹਿਲਾਂ ਜੇਕਰ ਇਹਨਾਂ ਦੇ ਪਰਿਵਾਰਕ ਮੈਂਬਰਾਂ ਦੀ ਗੱਲ ਕਰੀਏ, ਮਾਸਟਰ ਦੁਰਬੰਤਾ ਸਿੰਘ ਸੀਗੇ, ਹੁਣ ਉਹ ਆਜ਼ਾਦੀ ਤੋਂ ਪਹਿਲਾਂ ਪ੍ਰੀਮੀਅਰ ਪੰਜਾਬ ਵਿਚ ਮਲਿਕ ਖਿਜ਼ਰ ਹਯਾਤ ਟਿਵਾਣਾ ਦੀ ਸਰਕਾਰ ਜਲੰਧਰ ਤੋਂ ਜਿੱਤ ਕੇ ਪਾਰਲੀਮੈਂਟ ਮੈਂਬਰ ਬਣੇ ਸੀ। ਆਜ਼ਾਦ ਭਾਰਤ ਵਿਚ 6 ਵਾਰ ਵਿਧਾਇਕ ਬਣੇ, ਕਈ ਵਾਰ ਮੰਤਰੀ ਵੀ ਬਣੇ ਸੀਗੇ। ਫਿਰ ਅੱਗੇ ਅੱਜ ਪੁੱਤਰ ਚੌਧਰੀ ਜਗਜੀਤ ਸਿੰਘ 5 ਵਾਰ ਵਿਧਾਇਕ ਬਣੇ, ਪੰਜਾਬ ਸਰਕਾਰ ਵਿਚ ਮੰਤਰੀ ਰਹੇ, ਦਲਿਤਾਂ ਦੇ ਮਸੀਹਾ ਵੀ ਇਹਨਾਂ ਨੂੰ ਕਿਹਾ ਜਾਂਦਾ ਸੀ। ਚੌਧਰੀ ਸੰਤੋਖ ਸਿੰਘ ਆਏ, 2 ਵਾਰ ਲੋਕ ਸਭਾ ਮੈਂਬਰ ਦੀ ਚੋਣ ਜਿੱਤੀ, 2 ਵਾਰ ਵਿਧਾਇਕ ਬਣੇ, ਪੰਜਾਬ ਸਰਕਾਰ ਵਿਚ ਮੰਤਰੀ ਰਹੇ। ਫਿਰ ਜਿਹੜੇ ਕੱਲ ਆਮ ਆਦਮੀ ਪਾਰਟੀ ਚ ਆਏ, ਚੌਧਰੀ ਸੁਰਿੰਦਰ ਸਿੰਘ 1 ਵਾਰ ਵਿਧਾਇਕ ਬਣੇ ਸੀਗੇ। ਫਿਰ ਇਹਨਾਂ ਦੇ ਅੱਗਿਓਂ ਚੌਧਰੀ ਸੰਤੋਖ ਸਿੰਘ ਦਾ ਸਪੁੱਤਰ ਹੈ ਵਿਕਰਮਜੀਤ ਸਿੰਘ, 1 ਵਾਰ ਵਿਧਾਇਕ ਹੁਣ ਬਣਿਆ। ਕਰਮਜੀਤ ਕੌਰ ਚੌਧਰੀ ਜਿਹੜੇ ਹੁਣ ਧਰਮ ਪਤਨੀ ਨੇ ਚੌਧਰੀ ਸੰਤੋਖ ਸਿੰਘ ਹੋਰਾਂ ਦੇ, ਹੁਣ ਉਹ ਚੋਣ ਮੈਦਾਨ ਦੇ ਵਿਚ ਨੇ। ਵੱਡੀ ਗੱਲ ਇਹ ਹੈ ਕਿ ਇੱਥੇ ਸ਼੍ਰੋਮਣੀ ਅਕਾਲੀ ਦਲ ਨੇ ਵੀ ਉਮੀਦਵਾਰ ਐਲਾਨ ਦਿੱਤਾ, ਇੱਥੇ ਆਮ ਆਦਮੀ ਪਾਰਟੀ ਨੇ ਵੀ, ਕਾਂਗਰਸ ਨੇ ਵੀ ਉਤਾਰ ਦਿੱਤਾ, ਅੰਮ੍ਰਿਤਸਰ ਸ਼੍ਰੋਮਣੀ ਅਕਾਲੀ ਦਲ ਨੇ ਵੀ ਉਮੀਦਵਾਰ ਸ਼ਾਇਦ ਗੁਰਜੰਟ ਸਿੰਘ ਕੱਟੂ ਨੂੰ ਬਣਾਇਆ। ਇਹ ਸਾਰੇ ਉਮੀਦਵਾਰ ਹੁਣ ਲਾਂਚ ਰਹਿ ਗਈ ਭਾਜਪਾ। ਭਾਜਪਾ ਕੁਛ ਵੱਡਾ ਕਰਨ ਦੀ ਤਿਆਰੀ ਵਿਚ ਹੈ। ਹੁਣ ਭਾਜਪਾ ਕਿਹੜਾ ਚਿਹਰਾ ਇੱਥੇ ਉਤਾਰੇਗੀ ਇਹ ਆਉਂਦੇ ਦਿਨਾਂ ਨੂੰ ਪਤਾ ਲੱਗਣਾ। ਚਰਚੇ ਤਾਂ ਚੱਲਦੇ ਪਏ ਆ ਕਿ ਅਟਵਾਲ ਪਰਿਵਾਰ ਦੇ ਵਿਚੋਂ ਸੀਟ ਦਿੱਤੀ ਜਾ ਸਕਦੀ ਹੈ, ਪਰ ਉੱਥੇ ਤਾਂ ਹੁਣ ਦੇਖਦੇ ਆ ਅੱਗੇ ਬਣਦਾ ਕੀ ਹੈ। ਪਰ ਇੰਨਾ ਜ਼ਰੂਰ ਹੈ ਕਿ ਜਿਸ ਹਿਸਾਬ ਦੇ ਨਾਲ ਆਮ ਆਦਮੀ ਪਾਰਟੀ ਵੱਲ
8 ਸਾਬਕਾ ਕੌਂਸਲਰ ਚਲੇ ਗਏ। ਯੂਥ ਬਲਾਕ ਪ੍ਰਧਾਨ ਆਮ ਆਦਮੀ ਪਾਰਟੀ ਦੇ ਉਹ ਪ੍ਰਧਾਨ ਸ਼ਾਮਲ ਹੋ ਗਏ ਆਮ ਆਦਮੀ ਪਾਰਟੀ ਚ। ਆਉਂਦੇ ਦਿਨਾਂ ਨੂੰ ਇਹ ਸੀਟ ਬਹੁਤ ਜ਼ਿਆਦਾ ਹੌਟ ਜਿਹੀ ਬਣਨ ਵਾਲੀ ਹੈ। ਸਰਗਰਮੀਆਂ ਸ਼ੁਰੂ ਹੋ ਚੁੱਕੀਆਂ ਨੇ, ਪ੍ਰੈਸ ਕਾਨਫਰੰਸ ਦਾ ਸਿਲਸਿਲਾ ਚੱਲਦਾ ਪਿਆ, ਰੈਲੀਆਂ ਸ਼ੁਰੂ ਹੋ ਚੁੱਕੀਆਂ ਨੇ ਜੀ।